जय हिंद भाई सारे कैंडिडेट्स ਨੂੰ ਤਾਂ ਇੱਕ ਵਾਰ ਫੇਰ ਆਇਆ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕਲਾਸ ਲੈ ਕੇ ਤੇ ਅੱਜ ਦੀ ਇਸ ਛੋਟੀ ਜਿਹੀ ਕਲਾਸ ਦੇ ਵਿੱਚ ਆਪਾਂ ਅੰਤਰਰਾਸ਼ਟਰੀ ਸੰਗਠਨਾਵਾਂ ਬਾਰੇ ਕੁਝ ਇੰਪੋਰਟੈਂਟ ਡਾਟਾ ਜਿਹੜਾ ਉਹ ਕਵਰ ਕਰਾਂਗੇ ਕਿਉਂਕਿ ਕੋਈ ਵੀ ਐਗਜ਼ਾਮ ਹੋਵੇ ਪੀਟ ਪਲੱਸ ਵੀ ਦਾ ਐਸਐਸਸੀ ਦਾ ਪੰਜਾਬ ਪੁਲਿਸ ਦਾ ਹਰ ਇੱਕ ਐਗਜ਼ਾਮ ਦੇ ਵਿੱਚ ਇੱਥੋਂ ਕੁਐਸਚਨ ਜਿਹੜੇ ਉਹ ਦੇਖਣ ਨੂੰ ਮਿਲਦੇ ਆ ਤਾਂ ਸਭ ਤੋਂ ਪਹਿਲਾਂ ਦੋਸਤੋ ਆਪਾਂ ਗੱਲ ਕਰ ਲੈਂਦੇ ਆ ਨਾਟੋ ਦੀ ਨਾਟੋ ਬਾਰੇ ਤੁਸੀਂ ਜਿਹੜਾ ਜਾਣਦੇ ਹੋਵੋਗੇ ਕਿਉਂਕਿ ਕੁਝ ਸਾਲ ਪਹਿਲਾਂ ਤੁਸੀਂ ਦੇਖਿਆ ਹੋਵੇਗਾ तकरीबन 2-3 ਸਾਲ ਹੋ ਗਏ ਨਾਟੋ ਦੇ ਚੱਕਰ ਵਿੱਚ ਹੀ ਰੂਸ ਨੇ ਯੂਕਰੇਨ ਤੇ ਹਮਲਾ ਕੀਤਾ ਸੀ ਕਿਉਂਕਿ ਯੂਕਰੇਨ ਨਾਟੋ ਦੇ ਵਿੱਚ ਜਾਣਾ ਚਾਹੁੰਦਾ ਸੀ ਇਸੇ ਕਰਕੇ ਰੂਸ ਨੇ ਉਸ ਦੇ ਉੱਤੇ ਹਮਲਾ ਕਰ ਦਿੱਤਾ ਤੇ ਅੱਜ ਵੀ ਉਹ ਜੰਗ ਜਿਹੜੀ ਹੈ ਉਹ ਚੱਲ ਰਹੀ ਹੈ ਠੀਕ ਹੈ ਤਾਂ ਨਾਟੋ ਜਿਹੜਾ ਹੈ ਦੋਸਤੋ ਇਸ ਦੀ ਸਥਾਪਨਾ ਹੋਈ ਸੀ 1949 ਦੇ ਵਿੱਚ ਕਦੋਂ ਹੋਈ 1949 ਦੇ ਵਿੱਚ ਜਦੋਂ ਆਪਾਂ ਨੂੰ ਆਜ਼ਾਦੀ ਮਿਲੀ ਉਸੇ ਤੁਰੰਤ 2 ਸਾਲ ਬਾਅਦ ਨਾਟੋ ਜਿਹੜਾ ਬਣਿਆ ਸੀ ਤੇ ਇਸ ਦਾ ਜਿਹੜਾ ਹੈਡਕੁਆਟਰ ਹੈ ਉਹ ਬਰੂਸਲਸ ਬੈਲਜੀਅਮ ਦੇ ਵਿੱਚ ਹੈ ਇੱਥੇ ਹੈ ਬਰੂਸਲਸ ਬੈਲਜੀਅਮ ਦੇ ਵਿੱਚ ਨਾਟੋ ਦਾ ਹੈੱਡਕੁਆਰਟਰ ਹੈ ਤੇ ਇਹਦੇ ਮੈਂਬਰ ਜਿਹੜੇ ਆ ਉਹ 32 ਮੈਂਬਰ ਨੇ ਸਭ ਤੋਂ ਨਵਾਂ ਜਿਹੜਾ ਦੋਸਤੋ ਇਸ ਦਾ ਮੈਂਬਰ ਹੈ ਉਹ ਹੈ ਜੀ 스웨ਡਨ ਤੇ ਜਿਹੜਾ 31ਵਾਂ ਹੈ ਇਹਦਾ ਮੈਂਬਰ ਸੀ ਉਹ ਫਿਨਲੈਂਡ ਸੀ ਤੇ ਜਦੋਂ ਰੂਸ ਨੇ ਆਪਣੇ ਯੂਕਰੇਨ ਤੇ ਹਮਲਾ ਕੀਤਾ ਸੀ ਉਸ ਦੇ ਤੁਰੰਤ ਬਾਅਦ ਹੀ ਫਿਨਲੈਂਡ ਜਿਹੜਾ ਉਹ ਨਾਟੋ ਦਾ ਮੈਂਬਰ ਬਣ ਗਿਆ ਸੀ ਠੀਕ ਹੈ ਤੇ ਲੇਟੈਸਟ ਜਿਹੜਾ 32ਵਾਂ ਮੈਂਬਰ ਹੈ ਉਹ ਇਹਦਾ 스웨ਡਨ ਬਣ ਚੁੱਕਿਆ ਹੈ ਤੇ ਕੁੱਲ ਮਿਲਾ ਕੇ ਹੁਣ ਨਾਟੋ ਦੇ ਜਿਹੜੇ ਮੈਂਬਰ ਹੈ ਉਹ 32 ਮੈਂਬਰ ਨੇ ਤੇ ਨਾਟੋ ਕੰਟਰੀ ਦਾ ਦੋਸਤੋ ਇੱਕ ਸਿੰਪਲ ਜਿਹਾ ਇਹਨਾਂ ਨੇ ਫੰਡਾ ਬ ਜਿਹੜੇ ਕੰਟਰੀ ਨਾਟੋ ਦੇ ਵਿੱਚ ਸ਼ਾਮਲ ਹੋ ਜਾਂਦੇ ਹਨ ਜਾਨਕਿ ਨਾਟੋ ਗਰੁੱਪ ਦੇ ਵਿੱਚ ਸ਼ਾਮਲ ਹੋ ਜਾਂਦੇ ਹਨ ਉਸ ਤੋਂ ਬਾਅਦ ਬਾਈ ਚਾਂਸ ਕੋਈ ਬਾਹਰਲਾ ਦੇਸ਼ ਇਹਨਾਂ ਦੇ ਗਰੁੱਪ ਦੇ ਵਿੱਚੋਂ ਕਿਸੇ ਤੇ ਵੀ ਹਮਲਾ ਕਰਦਾ ਤਾਂ ਉਹ 32 ਦੇਸ਼ਾਂ ਦੇ ਉੱਤੇ ਹਮਲਾ ਸਮਝਿਆ ਜਾਂਦਾ ਤੇ ਫਿਰ ਇਹ 32 ਮਿਲ ਕੇ ਉਸ ਇੱਕ ਕੰਟਰੀ ਤੇ ਹਮਲਾ ਕਰ ਦਿੰਦੇ ਆ ਠੀਕ ਹੈ ਇਹ ਨਾਟੋ ਦਾ ਜਿਹੜਾ ਹੈ ਉਹ ਸਿੰਪਲ ਜਿਹਾ ਫੰਡਾ ਹੈ ਠੀਕ ਹੈ ਇਹ ਚੀਜ਼ ਤੁਸੀਂ ਚਾਹੋ ਤਾਂ ਧਿਆਨ ਰੱਖ ਸਕਦੇ ਹੋ ਬਾਕੀ ਦੋ ਇੰਪੋਰਟੈਂਟ ਚੀਜ਼ਾਂ ਤੁਸੀਂ ਧਿਆਨ ਰੱਖਿਓ ਇੱਕ ਤਾਂ ਨਾਟੋ ਜਿਹੜਾ ਹੈ ਇਹਦੀ ਸਥਾਪਨਾ ਕਦੋਂ ਹੋਈ ਠੀਕ ਹੈ ਇਸ ਦਾ ਹੈੱਡਕੁਆਟਰ ਤੇ ਇਸ ਦਾ ਲੇਟੈਸਟ ਮੈਂਬਰ ਠੀਕ ਹੈ ਲੇਟੈਸਟ ਮੈਂਬਰ ਹੋ ਗਿਆ ਇਹਦਾ ਸਵੀਡਨ ਤੇ ਫਿਲਹਾਲ ਨਾਟੋ ਦੇ ਵਿੱਚ 32 ਮੈਂਬਰ ਸ਼ਾਮਿਲ ਹੈ ਇਹ ਚੀਜ਼ ਤੁਸੀਂ ਧਿਆਨ ਰੱਖਣੀ ਹੈ ਅੱਗੇ ਚੱਲਦੇ ਆਪਾਂ ਨੈਕਸਟ ਸੰਗਠਨ ਦੇ ਵੱਲ ਤੇ ਇਹ ਜਿਹੜਾ ਸੰਗਠਨ ਹੈ ਦੋਸਤੋ ਯੂਨ ਨੈਕਸਟ ਦੋਸਤੋ ਸੰਕਰ ਹੈ ਜੀ ਯੂਨਾਈਟਿਡ ਨੇਸ਼ਨ ਠੀਕ ਹੈ ਕਦੋਂ ਬਣਿਆ 24 ਅਕਤੂਬਰ 1945 ਨੂੰ ਬਣਾਇਆ ਗਿਆ ਸੀ ਠੀਕ ਹੈ ਤੇ ਇਸ ਦਾ ਹੈੱਡਕੁਆਟਰ ਕਿੱਥੇ ਹੈ ਜੀ ਨਿਊਯਾਰਕ ਅਮਰੀਕਾ ਦੇ ਵਿੱਚ ਇਸ ਦਾ ਹੈੱਡਕੁਆਟਰ ਹੈ ਅਨਟੇਨੀਓ ਗੁਟੇਰੇਸ ਐਸੇ ਪ੍ਰੈਜ਼ੀਡੈਂਟ ਨੇ ਤੇ ਇੱਥੇ UN ਦੇ ਵਿੱਚ ਦੋਸਤੋ 193 ਮੈਂਬਰ ਜਿਹੜੇ ਆ ਫਿਲਹਾਲ ਤੱਕ ਸ਼ਾਮਿਲ ਨੇ ਤੇ ਸਭ ਤੋਂ ਲੇਟੈਸਟ ਮਤਲਬ 193 ਨੰਬਰ ਦਾ ਜਿਹੜਾ ਮੈਂਬਰ ਹੈ ਉਹ ਸਾਊਥ ਸੁਡਾਨ ਹੈ ਠੀਕ ਹੈ ਇਹ ਡਾਇਰੈਕਟ ਪੁਆਇੰਟ ਨੇ ਸਾਰੇ ਹੀ ਪੁਆਇੰਟ ਇੰਪੋਰਟੈਂਟ ਹੈ ਪੁਆਇੰਟ ਟੂ ਪੁਆਇੰਟ ਚੀਜ਼ ਤੁਸੀਂ ਯਾਦ ਰੱਖਣੀ ਹੈ ਇਸ ਦੀ ਹਿਸਟਰੀ ਮੈਂ ਤੁਹਾਨੂੰ ਥੋੜੀ ਜੀ ਦੱਸਦਾ ਸਭ ਤੋਂ ਪਹਿਲਾਂ ਕੀ ਹੋਇਆ ਸੀ ਜਦੋਂ ਫਰਸਟ ਵਰਲਡ ਵਾਰ ਹੋਇਆ ਸੀ 14 ਤੋਂ 18 ਉਸ ਟਾਈਮ ਵੀ ਜਿਹੜੇ ਪਾਵਰਫੁੱਲ ਕੰਟਰੀ ਸੀ ਉਹਨਾਂ ਨੂੰ ਇੱਕ ਟੈਂਸ਼ਨ ਜੀ ਹੋਈ ਕਿ ਦੁਨੀਆ ਦੇ ਵਿੱਚ ਸ਼ਾਂਤੀ ਸਥਾਪਿਤ ਕਰਨ ਵਾਸਤੇ ਕੋਈ ਇਹੋ ਜਿਹਾ ਸੰਗਠਨ ਬਣਾ ਲੀਏ ਕਿ ਅਨਾਲ ਟਾਈਮ ਦੇ ਵਿੱਚ ਕੋਈ ਵੀ ਵਰਲਡ ਵਾਰ ਨਾ ਹੋਏ ਤਾਂ ਉਹਨਾਂ ਨੇ ਲੀਗ ਆਫ ਨੇਸ਼ਨ ਬਣਾਇਆ ਸੀ 10 ਜਨਵਰੀ ਤੇ 1920 ਨੂੰ ਬਟ ਉਹ ਸੰਗਠਨ ਦੋਸਤੋ ਸਕਸੈਸਫੁੱਲ ਨਹੀਂ ਹੋਇਆ ਹਾਲਾਂਕਿ ਸਕਸੈਸਫੁੱਲ ਪੂਰਾ ਤਾਂ ਯੂਨ ਵੀ ਨਹੀਂ ਹੈ ਠੀਕ ਹੈ ਬਟ ਕੁਝ ਹੱਦ ਤੱਕ ਇਹਨੇ ਜੰਗਾਂ ਦੇ ਉੱਤੇ ਪਾਬੰਦੀ ਜਿਹੜੀ ਆ ਉਹ ਲਾ ਦਿੱਤੀ ਹੈ ਬਟ 100% ਇਹ ਵੀ ਸਕਸੈਸ ਨਹੀਂ ਹੋਇਆ ਤਾਂ ਜਿਹੜੇ ਲੀਗ ਆਫ ਨੇਸ਼ਨ ਬਣਿਆ ਸੀ ਉਸ ਤੋਂ ਤੁਸੀਂ ਦੇਖੋਗੇ ਕੁਝ ਸਾਲਾਂ ਬਾਅਦ ਸੈਕਿੰਡ ਵਰਲਡ ਵਾਰ ਜਿਹੜਾ ਹੈ ਉਹ ਸਟਾਰਟ ਹੋ ਗਿਆ ਤਾਂ ਸੈਕਿੰਡ ਵਰਲਡ ਵਾਰ ਖਤਮ ਹੋਣ ਦੇ ਨਾਲ ਹੀ ਇੱਕ ਨਵਾਂ ਸੰਗਠਨ ਜਿਹੜਾ ਬਣਾਇਆ ਗਿਆ ਤਾਂ ਕਿ ਦੁਨੀਆ ਵਿੱਚ ਸ਼ਾਂਤੀ ਕਾਇਮ ਕੀਤੀ ਜਾ ਸਕੇ ਤੇ ਜਿਹੜੀ ਥਰਡ ਵਰਲਡ ਵਾਰ ਹੈ ਉਹਨੂੰ ਰੋਕਿਆ ਜਾ ਸਕੇ ਤਾਂ ਇਹਨਾਂ ਨੇ ਯੂਨਾਈਟਿਡ ਨੇਸ਼ਨ ਬਣਾਤਾ 24 ਅਕਤੂਬਰ 1945 ਨੂੰ ਬਟ ਇਹ 100% ਤਾਂ ਸਕਸੈਸ ਨਹੀਂ ਹੋਇਆ ਜਿੱਦਾਂ ਕਿ ਮੈਂ ਤੁਹਾਨੂੰ ਕਿਹਾ ਕਿ ਇਸਦੇ ਹੁੰਦੇ ਹੋਏ ਵੀ ਰੂਸ ਨੇ ਯੂਕਰੇਨ ਤੇ ਹਮਲਾ ਕਰ ਦਿੱਤਾ ਸੀ ਇਸ ਤੋਂ ਬਾਅਦ ਛੋਟੀ ਮੋਟੀ ਜੰਗਾਂ ਤਾਂ ਚੱਲਦੀ ਰਹਿੰਦੀ ਹੈ ਫਿਲਹਾਲ ਤੁਸੀਂ ਈਰਾਨ ਠੀਕ ਹੈ ਇਜ਼ਰਾਈਲ ਤੇ ਈਰਾਨ ਦਾ ਆਪਸ ਦੇ ਵਿੱਚ ਮਸਲਾ ਚੱਲ ਰਿਹਾ ਹੈ ਤੇ ਇਸ ਤੋਂ ਇਲਾਵਾ ਇਜ਼ਰਾਈਲ ਨੇ ਗਾਜ਼ਾ ਤੇ ਵੀ ਹਮਲਾ ਕੀਤਾ ਸੀ ਠੀਕ ਹੈ ਉਧਰੋਂ ਗਾਜ਼ਾਲਿਆਂ ਨੇ ਹਮਲਾ ਕੀਤਾ ਸੀ ਤਾਂ ਕੁੱਲ ਮਿਲਾ ਕੇ ਛੋਟੀ ਮੋਟੀ ਜੰਗਾਂ ਤਾਂ ਚੱਲ ਰਹੀ ਹੈ ਬਟ ਹਾਲੇ ਤੱਕ ਇਹਨੇ ਜਿਹੜੀ 3rd ਵਰਲਡ ਵਾਰ ਹੈ ਉਹਨੂੰ ਨਹੀਂ ਹੋਣ ਦਿੱਤਾ ਇਸ ਦੀ ਸਕਸੈਸ ਤੁਸੀਂ ਕਹਿ ਸਕਦੇ ਹੋ ਸੋ ਪੁਆਇੰਟ ਸਾਰੇ ਹੀ ਇੰਪੋਰਟੈਂਟ ਹੈ ਸਾਰੇ ਹੀ ਤੁਸੀਂ ਧਿਆਨ ਰੱਖਣੇ ਹੈ ਤੇ ਹੁਣ ਆਪਾਂ ਫਟਾਫਟ ਚੱਲਦੇ ਹਾਂ ਨੈਕਸਟ ਅਸੀਂ ਸੰਖੇਪ ਦੀ ਗੱਲ ਕਰਦੇ ਆ ਦੋਸਤੋ ਇਹ ਜੀ ਵਰਲਡ ਹੈਲਥ ਆਰਗੇਨਾਈਜੇਸ਼ਨ ਤੇ ਇਸ ਦੇ ਬਾਰੇ ਬਸ ਦੋ ਤਿੰਨ ਗੱਲਾਂ ਤੁਸੀਂ ਧਿਆਨ ਰੱਖਿਓ 7 April 1948 ਨੂੰ ਬਣਾਇਆ ਗਿਆ ਸੀ ਹੈੱਡਕੁਆਰਟਰ ਜਿਨੀਵਾ ਦੇ ਵਿੱਚ ਹੈ ਠੀਕ ਹੈ ਤੇ 194 ਦੇਸ਼ ਇਸ ਦੇ ਮੈਂਬਰ ਹੈ ਠੀਕ ਹੈ ਇਹ ਪੁਆਇੰਟ ਬਸ ਤੁਸੀਂ ਧਿਆਨ ਰੱਖਣੇ ਆ ਨੈਕਸਟ ਆਪਾਂ ਸੰਖੇਪ ਦੀ ਗੱਲ ਕਰਦੇ ਆ ਇਸ ਦੀ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਜਿਹਨੂੰ ਆਪਾਂ ਵਿਸ਼ਵ ਵਪਾਰ ਸੰਘਣ ਵੀ ਕਹਿੰਦੇ ਆ ਠੀਕ ਹੈ ਇਹ ਜਿਹੜਾ ਸੰਘਣ ਹੈ ਦੋਸਤੋ 1995 ਦੇ ਵਿੱਚ ਬਣਿਆ ਸੀ ਤੇ ਇਸ ਦਾ ਹੈੱਡਕੁਆਰਟਰ ਵੀ ਜਿਨੀਵਾ ਦੇ ਵਿੱਚ ਹੈ ਠੀਕ ਹੈ ਤੇ 164 ਕੰਟਰੀ ਇਸ ਦੇ ਵਿੱਚ ਸ਼ਾਮਲ ਨੇ ਤੇ ਇਹਦੇ ਜਿਹੜੇ ਡਾਇਰੈਕਟਰ ਜਨਰਲ ਪ੍ਰੈਜ਼ੀਡੈਂਟ ਨੇ ਉਹ ਹੈ ਜੀ ਨਾਕੋਜੀ ਓਂਕਾਜਾ ਕੋਣੇ ਨਾਗੋਜੀ ਓਂਕਾਜਾ ਜਿਹੜੇ ਹੈ ਇਹ ਵਿਸ਼ਵ ਵਪਾਰ ਸੰਘਟਨ ਦੇ ਉਹ ਪ੍ਰੈਜ਼ੀਡੈਂਟ ਨੇ ਠੀਕ ਹੈ ਇਹ ਪੁਆਇੰਟ ਤੁਸੀਂ ਧਿਆਨ ਰੱਖਿਓ ਇਹਨਾਂ ਦੇ ਨਾਂ ਜਿਹੜੇ ਥੋੜੇ ਜੇ ਟੱਡੇ ਮੱਡੇ ਹੁੰਦੇ ਆ ਬਟ ਆਪ ਦੀ ਕੋਈ ਟ੍ਰਿਕ ਵਗੈਰਾ ਬਣਾ ਕੇ ਤੁਸੀਂ ਇਹਨਾਂ ਨੂੰ ਯਾਦ ਰੱਖਣਾ ਠੀਕ ਹੈ ਜਾਂ ਫਿਰ ਤੁਸੀਂ ਜਿਆਦਾ ਵਾਰ ਰਿਪੀਟ ਮਾਰੋਗੇ ਤਾਂ ਆਟੋਮੈਟਿਕਲੀ ਤੁਹਾਨੂੰ ਯਾਦ ਹੋ ਜਾਏਗਾ ਕੋਈ ਟ੍ਰਿਕ ਦੀ ਜ਼ਰੂਰਤ ਨਹੀਂ ਹੈ ਨੈਕਸਟ ਆਪਾਂ ਗੱਲ ਕਰਦੇ ਆ ਐਸਈਓ ਦੀ एसईओ ਨੂੰ ਦੋਸਤੋ ਸੰਘਾਈ ਸਹਿਯੋਗ ਸੰਘਟਨ ਵੀ ਕਿਹਾ ਜਾਂਦਾ ਠੀਕ ਹੈ 2001 ਦੇ ਵਿੱਚ ਬਣਿਆ ਸੀ ਤੇ ਇਹਦਾ ਜਿਹੜਾ ਹੈੱਡਕੁਆਟਰ ਹੈ ਉਹ ਹੈ ਜੀ ਬਿਜ਼ਿੰਗ ਚਾਈਨਾ ਠੀਕ ਹੈ ਤੇ ਇਸ ਦੇ ਵਿੱਚ ਨੌ ਕੰਟਰੀ ਸ਼ਾਮਿਲ ਨੇ ਹਾਲ ਹੀ ਵਿੱਚ ਜਿਹੜਾ ਕੰਟਰੀ ਸ਼ਾਮਿਲ ਹੋਇਆ ਉਹ ਈਰਾਨ ਹੈ ਠੀਕ ਹੈ ਰਿਕੈਲੋ ਠੀਕ ਹੈ ਓਕੇ ਜੀ ਨੈਕਸਟ ਆਪਾਂ ਗੱਲ ਕਰਦੇ ਹਾਂ ਤਾਂ ਇਹ ਹੈ ਜੀ ਬ੍ਰਿਕਸ ਠੀਕ ਹੈ ਬ੍ਰਿਕਸ ਦੋਸਤੋ ਜਦੋਂ ਬਣਿਆ ਸੀ ਇਸ ਦੇ ਵਿੱਚ ਜਿਵੇਂ ਕਿ ਤੁਸੀਂ ਨਾਂ ਤੋਂ ਹੀ ਦੇਖ ਸਕਦੇ ਹੋ ਬੀ ਤੋਂ ਬ੍ਰਾਜ਼ੀਲ ਆਰ ਤੋਂ ਰਸ਼ੀਆ ਆਈ ਤੋਂ ਇੰਡੀਆ ਸੀ ਤੋਂ ਚਾਈਨਾ ਤੇ ਐਸ ਤੋਂ ਸਾਊਥ ਅਫਰੀਕਾ ਏ ਕੰਟਰੀ ਇਸ ਦੇ ਵਿੱਚ ਸ਼ਾਮਲ ਸੀ ਕਦੋਂ ਬਣਿਆ ਇਹ ਦੋਸਤੋ ਜਿਹੜਾ ਬਣਿਆ ਸੀ ਪਹਿਲੀ ਮੀਟਿੰਗ ਇਹਦੀ 2006 ਵਿੱਚ ਹੋਈ ਸੀ ਕਦੋਂ 2006 ਵਿੱਚ ਹੋਈ ਸੀ ਬਟ ਇਸ ਦੀ ਜਿਹੜੀ ਆਫੀਸ਼ੀਅਲੀ ਮੀਟਿੰਗ ਸੀ ਉਹ 16 ਜੂਨ 2009 ਨੂੰ ਹੋਈ ਸੀ ਕਦੋਂ ਹੋਈ ਸੀ 16 ਜੂਨ 2009 ਨੂੰ ਹੋਈ ਸੀ ਇਸ ਦੇ ਵਿੱਚ ਫਿਲਹਾਲ ਦੋਸਤੋ ਹੁਣ 10 ਕੰਟਰੀ ਹੋ ਚੁੱਕੇ ਐ ਤੇ ਇਗਜ਼ਾਮ ਵਾਸਤੇ ਇਹ ਸੰਗਠਨ ਮੋਸਟ ਇੰਪੋਰਟੈਂਟ ਹੈ ਤੁਹਾਨੂੰ ਇਹ ਪੁੱਛਣ ਦੇ ਚਾਂਸ ਤਾਂ ਘੱਟ ਹੈ ਕਿ ਇਹ ਸੰਗਠਨ ਕਦੋਂ ਬਣਿਆ ਬਟ ਹਾਂ ਜਿਹੜਾ ਕੁਐਸਚਨ ਐ ਇਥੋਂ ਪੁੱਛਿਆ ਜਾਵੇਗਾ ਇਹ ਜਿਹੜੇ ਪੰਜ ਨਵੇਂ ਕੰਟਰੀਸ ਦੇ ਵਿੱਚ ਸ਼ਾਮਲ ਹੋਏ ਦੋਸਤੋ ਇਹਨਾਂ ਵਿੱਚੋਂ ਪੁੱਛਿਆ ਜਾਵੇਗਾ ਕਿਹੜੇ ਕਿਹੜੇ ਕੰਟਰੀ ਸ਼ਾਮਲ ਹੋਏ ਸੀ ਮਿਸਰ ਹੋ ਗਿਆ ਇਥੋਪੀਆ ਈਰਾਨ ਸਾਊਦੀ ਅਰਬ ਤੇ ਸੰਯੁਕਤ ਅਰਬ ਅਮੀਰਾਤ ਜਿਹੜੇ ਹੈ ਇਸ ਦੇ ਵਿੱਚ ਸ਼ਾਮਲ ਹੋਏ ਤੇ ਇੱਕ ਕੰਟਰੀ ਹੈ ਦੋਸਤੋ ਜਿਨੇ ਸ਼ਾਮਲ ਹੋਣ ਤੋਂ ਇਨਕਾਰ ਕਰਤਾ ਠੀਕ ਹੈ ਉਸ ਕੰਟਰੀ ਦਾ ਨਾਮ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਭੇਜਣਾ ਹੈ ਇਸ ਦੇ ਨਾਲ ਕੀ ਹੋਏਗਾ ਇਹ ਪੰਜ ਕੰਟਰੀ ਦੇ ਨਾਮ ਵੀ ਤੁਹਾਨੂੰ ਯਾਦ ਰਹਿਣਗੇ ਤੇ ਜਿਹੜਾ ਸ਼ਾਮਲ ਨਹੀਂ ਹੋਇਆ ਉਹ ਜੇ ਤੁਸੀਂ ਆਪ ਸਰਚ ਕਰਕੇ ਦੇਖੋਗੇ ਤਾਂ ਉਸ ਦਾ ਨਾਮ ਵੀ ਤੁਹਾਨੂੰ ਯਾਦ ਹੋ ਜਾਏਗਾ ਤੇ ਐ ਤੋਂ ਅੱਖਰ ਤੋਂ ਉਸ ਦਾ ਨਾਮ ਪੈਂਦਾ ਠੀਕ ਹੈ ਇਹ ਪੁਆਇੰਟ ਮੈਂ ਹਿੰਟ ਦੇ ਦਿੱਤਾ ਤੁਹਾਨੂੰ ਠੀਕ ਹੈ ਤਾਂ ਬ੍ਰਿਕਸ ਜਿਹੜਾ ਹੈ ਇਹ ਮੋਸਟ ਇੰਪੋਰਟੈਂਟ ਹੈ ਹੁਣ ਇਸ ਦੇ ਵਿੱਚ 10 ਕੰਟਰੀ ਹੋ ਚੁੱਕੇ ਐ ਤੇ ਪੰਜ ਨਵੇਂ ਕੰਟਰੀ ਇਸ ਦੇ ਵਿੱਚ ਸ਼ਾਮਿਲ ਹੋ ਗਏ ਮਿਸਰ ਜਿਹਨੂੰ ਆਪਾਂ ਈਜੀਪਟ ਕਹਿੰਦੇ ਆ ਮਿਸਰ ਤੋਂ ਇਲਾਵਾ ਇਥੋਪੀਆ ਈਰਾਨ ਸਾਊਦੀ ਅਰਬ ਤੇ ਯੂਏਈ ਇਸ ਦੇ ਵਿੱਚ ਸ਼ਾਮਿਲ ਹੋ ਚੁੱਕੇ ਐ ਨੈਕਸਟ ਆਪਾਂ ਸੰਖੇਪਨ ਦੇ ਵੱਲ ਚੱਲਦੇ ਆ ਜੀ 7 जी7 ਦਾ ਮਤਲਬ ਹੁੰਦਾ ਹੈ ਦੋਸਤੋ ਗਰੁੱਪ ਆਫ 7 ਠੀਕ ਹੈ ਤਾਂ ਇਸ ਦੇ ਵਿੱਚ ਕਿਹੜੇ-ਕਿਹੜੇ ਕੰਟਰੀ ਆ ਵੀ ਕੈਨੇਡਾ ਫਰਾਂਸ ਜਰਮਨੀ ਇਟਲੀ ਜਪਾਨ ਯੂਨਾਈਟਿਡ ਕਿੰਗਡਮ ਤੇ ਇਸ ਦੇ ਨਾਲ EU ਵੀ ਸ਼ਾਮਿਲ ਹੈ ਯੂਨਾਈਟਿਡ ਸਟੇਟ ਤੇ यूएसए ਵਿੱਚ ਸ਼ਾਮਿਲ ਹੈ ਕਦੋਂ ਬਣਿਆ ਸੀ ਜੀ 1975 ਦੇ ਵਿੱਚ ਬਣਿਆ ਸੀ ਵਾਸ਼ਿੰਗਟਨ ਡੀਸੀ ਦੇ ਵਿੱਚ ਇਸ ਦਾ ਹੈੱਡਕੁਆਟਰ ਹੈ ਤੇ ਪਹਿਲਾਂ ਇਹਨੂੰ ਲਾਇਬ੍ਰੇਰੀ ਆਫ 6 ਕਿਹਾ ਜਾਂਦਾ ਸੀ ਠੀਕ ਹੈ ਬਟ ਮੌਜੂਦਾ ਇਸ ਦੇ ਵਿੱਚ ਹੁਣ ਸੱਤ ਕੰਟਰੀ ਸ਼ਾਮਿਲ ਨੇ ਨੈਕਸਟ ਆਪਾਂ ਸੰਗਠਨ ਦੀ ਗੱਲ ਕਰਦੇ ਹਾਂ ਦੋਸਤੋ ਇਹ ਹੈ ਜੀ UNEP ਕਿਹੜਾ ਸੰਘਣ UNEP ਇਹ ਤਾਂ ਦੇ 200 ਜਦੋਂ ਤੁਹਾਨੂੰ ਪੁੱਛਿਆ ਜਾਂਦਾ ਤਾਂ ਮੋਸਟਲੀ ਚਾਂਸ ਹੁੰਦੇ ਆ ਇਹਨਾਂ ਦੀ ਫੁੱਲ ਫਾਰਮ ਪੁੱਛ ਲਈ ਜਾਂਦੀ ਹੈ ਠੀਕ ਹੈ ਤਾਂ ਇਹ ਚੀਜ਼ ਤੁਸੀਂ ਧਿਆਨ ਰੱਖਿਓ ਕਿ UNEP ਦੀ ਜਿਹੜੀ ਫੁੱਲ ਫਾਰਮ ਹੈ ਯੂਨਾਈਟਿਡ ਨੇਸ਼ਨ এনवायरमेंट ਪ੍ਰੋਗਰਾਮ ਹੈ ਕਦੋਂ ਸ਼ੁਰੂ ਹੋਇਆ ਜੀ 5 ਜੂਨ 1972 ਨੂੰ ਇਹਨੂੰ ਬਣਾਇਆ ਗਿਆ ਸੀ ਤੇ ਨੈਰੋਬੀ ਕੈਨੇਡਾ ਦੇ ਵਿੱਚ ਇਸ ਦਾ ਹੈੱਡਕੁਆਰਟਰ ਹੈ ਇਹ ਪੁਆਇੰਟ ਵੀ ਤੁਸੀਂ ਧਿਆਨ ਰੱਖਣਾ ਹੈ ਨੈਕਸਟ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਯੂਨੀਸੇਫ ਦੀ ਯੂਨੀਸੇਫ ਦੋਸਤੋ ਮੋਸਟ ਇੰਪੋਰਟੈਂਟ ਹੈ ਕਿਉਂਕਿ ਇਜ਼ਰਾਈਲ ਨੇ ਜਦੋਂ ਗਾਜ਼ਾ ਤੇ ਹਮਲਾ ਕੀਤਾ ਸੀ ਠੀਕ ਹੈ ਉਸ ਟਾਈਮ ਯੂਨੀਸੇਫ ਕਾਫੀ ਚਰਚਾ ਦੇ ਵਿੱਚ ਸੀ ਠੀਕ ਹੈ ਇਸ ਦੇ ਜਿਹੜੇ ਫੰਡ ਵਗੈਰਾ ਮਿਲਦੇ ਆ ਉਹਨਾਂ ਨੂੰ ਲੈ ਕੇ ਕੋਈ ਮੁੱਦਾ ਬਣਿਆ ਸੀ ਤਾਂ ਉਹ ਚਰਚਾ ਵਿੱਚ ਸੀ ਇਸ ਕਰਕੇ ਤੁਸੀਂ ਯੂਨੀਸੇਫ ਦੇ ਬਾਰੇ ਧਿਆਨ ਰੱਖਣਾ ਇਹਦਾ ਹੈੱਡਕੁਆਰਟਰ ਜਿਹੜਾ ਦੋਸਤੋ ਨਿਊਯਾਰਕ ਯੂ ਐਸ ਏ ਵਿੱਚ ਹੈ 11 ਦਸੰਬਰ 1946 ਨੂੰ ਇਹਨੂੰ ਬਣਾਇਆ ਗਿਆ ਸੀ ਕਿਉਂ ਬਣਾਇਆ ਗਿਆ ਸੀ ਕਿ ਜਿਹੜੀ ਵਾਰ ਵਗੈਰਾ ਹੁੰਦੀ ਹੈ ਠੀਕ ਹੈ ਜਿਹੜੀ ਲੜਾਈਆਂ ਹੁੰਦੀਆਂ ਉਹਨਾਂ ਵਿੱਚ ਜਿਹੜੇ ਬੱਚੇ ਭੁੱਖ ਨਾਲ ਮਰ ਜਾਂਦੇ ਆ ਜਾਂ ਬੱਚਿਆਂ ਨੂੰ ਕਈ ਤਰੀਕੇ ਦੀਆਂ ਬਿਮਾਰੀਆਂ ਹੋ ਜਾਂਦੀਆਂ ਹਨ ਉਹਨਾਂ ਨੂੰ ਇਹ ਹੈਲਪ ਵਗੈਰਾ ਪ੍ਰੋਵਾਈਡ ਕਰਵਾਉਂਦਾ ਹੈ ਠੀਕ ਹੈ ਦਵਾਈਆਂ ਦੀ ਖਾਣੇ ਦੀ ਹਰ ਇੱਕ ਚੀਜ਼ ਦੀ ਸੌਲਿਅਤ ਬੱਚਿਆਂ ਨੂੰ ਪ੍ਰਦਾਨ ਕੀਤੀ ਜਾਂਦੀ ਹੈ ਇਸ ਕਰਕੇ ਯੂਨੀਸੇਫ ਜਿਹੜਾ ਉਹ ਬਣਾਇਆ ਗਿਆ ਸੀ ਨੈਕਸਟ ਯੂਐਨਡੀਪੀ ਦੀ ਗੱਲ ਕਰਦੇ ਹਾਂ ਯੂਐਨਡੀਪੀ ਜਿਹੜੀ ਹੈ ਯੂਨਾਈਟਿਡ ਨੇਸ਼ਨ ਡਿਵੈਲਪਮੈਂਟ ਪ੍ਰੋਗਰਾਮ ਐਸ ਦੀ ਫੁੱਲ ਫਾਰਮ ਹੈ ਤੇ ਇਸ ਦਾ ਹੈੱਡ ਕੁਆਰਟਰ ਨਿਊਯਾਰਕ ਯੂ ایس اے ਵਿੱਚ ਬਣਿਆ ਹੋਇਆ ਠੀਕ ਹੈ ਇਹਨੂੰ 22 ਨਵੰਬਰ 1965 ਨੂੰ ਬਣਾਇਆ ਗਿਆ ਸੀ ਤੇ ਇਸ ਦੀ ਦੋਸਤੋ ਖਾਸ ਗੱਲ ਇਹ ਹੈ ਕਿ UNDP HDI ਇੰਡੈਕਸ ਜਾਰੀ ਕਰਦੀ ਹੈ UNDP ਦੀ ਇੱਕ ਸੰਸਥਾ ਹੈ ਜਿਹੜੀ ਕਿ HDI ਇੰਡੈਕਸ ਜਾਰੀ ਕਰਦੀ ਹੈ ਤੇ ਇੰਡੈਕਸ ਕਾਫੀ ਇੰਪੋਰਟੈਂਟ ਹੈ ਇਸ ਦੀ ਫੁੱਲ ਫਾਰਮ ਹੁੰਦੀ ਹੈ ਜੀ ਹਿਊਮਨ ਡਿਵੈਲਪਮੈਂਟ ਇੰਡੈਕਸ ਇਹ ਪੁਆਇੰਟ ਵੀ ਤੁਸੀਂ ਧਿਆਨ ਰੱਖਣਾ ਨੈਕਸਟ ਆਪਾਂ ਯੂਨੈਸਕੋ ਦੀ ਗੱਲ ਕਰਦੇ ਆ ਯੂਨੈਸਕੋ ਨੂੰ ਤਾਂ ਤੁਸੀਂ 2 ਸਟਾਰ ਲਾ ਕੇ ਨੋਟ ਡਾਊਨ ਕਰਨਾ ਹੈ ਕਿਉਂਕਿ ਪੂਰੇ-ਪੂਰੇ ਚਾਂਸ ਹੈ ਕਿ ਯੂਨੈਸਕੋ ਤੋਂ ਕੁਐਸਚਨ ਪੁੱਛਿਆ ਜਾਵੇ ਕਿਉਂ ਚਾਂਸ ਹੈ ਕਿਉਂਕਿ ਯੂਨੈਸਕੋ ਦੀ ਜਿਹੜੀ 2024 ਵਾਲੀ ਮੀਟਿੰਗ ਹੈ ਇਹ ਇੰਡੀਆ ਵਿੱਚ ਹੀ ਹੋਣੀ ਹੈ ਠੀਕ ਹੈ ਸੋ ਇਹਨੂੰ ਤੁਸੀਂ ਸਟਾਰ ਮਾਰਕ ਕਰ ਲੈਣਾ ਤੇ ਯੂਨੈਸਕੋ ਬਣਿਆ ਕਦੋਂ ਬਈ 16 ਨਵੰਬਰ 1945 ਨੂੰ ਬਣਾਇਆ ਗਿਆ ਸੀ ਠੀਕ ਹੈ ਲੰਡਨ ਦੇ ਵਿੱਚ ਤੇ ਹੈੱਡ ਕੁਆਟਰ ਪੈਰਿਸ ਫਰਾਂਸ ਦੇ ਵਿੱਚ ਇਸ ਦਾ ਬਣਿਆ ਹੋਇਆ ਤੇ ਜਿਹੜਾ ਯੂਨੈਸਕੋ ਹੈ ਇਹ ਸਾਈਟਾਂ ਡਿਕਲੇਅਰ ਕਰਦਾ ਹੈ ਠੀਕ ਹੈ ਸਾਰਿਆਂ ਨੂੰ ਤੁਹਾਨੂੰ ਪਤਾ ਹੋਵੇਗਾ ਤੇ ਆਪਣੀ ਇੰਡੀਆ ਦੀ ਜਿਹੜੀ ਹਾਲ ਹੀ ਵਿੱਚ ਲੇਟੈਸਟ ਸਾਈਟ ਜਿਹੜੀ ਬਣੀ ਹੈ 42ਵੇਂ ਨੰਬਰ ਦੀ ਉਹ ਹੈ ਜੀ ਹੋਇਸਾਲ ਮੰਦਿਰ ਇੱਕ ਠੀਕ ਹੈ ਹੋਇਸਾਲ ਮੰਦਿਰਿਆ ਕਰਨਾਟਕਾ ਦੇ ਵਿੱਚ ਉਹਨੂੰ ਯੂਨੈਸਕੋ ਦਰੋਹਰ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ ਸਭ ਤੋਂ ਲੇਟੈਸਟ ਉਹੀ ਹੈ 42ਵੇਂ ਨੰਬਰ ਦੀ ਤੇ ਹੁਣ ਜਿਹੜੀ 2024 ਦੇ ਵਿੱਚ ਯੂਨੈਸਕੋ ਦੀ ਮੀਟਿੰਗ ਹੈ ਇੰਡੀਆ ਵਿੱਚ ਹੋਣੀ ਹੈ ਸੋ ਇਹ ਚੀਜ਼ ਹੋਗੀ ਜੀ ਮੋਸਟ ਇੰਪੋਰਟੈਂਟ ਠੀਕ ਹੈ ਓਕੇ ਜੀ ਚਲਦੇ ਆ ਨੈਕਸਟ ਵਿਸਵਾ ਬੈਂਕ ਦੇ ਵੱਲ ਤੇ ਵਿਸਵਾ ਬੈਂਕ ਜਿਹੜੇ ਹੈ ਦੋਸਤੋ ਇਸ ਦਾ ਇੰਪੋਰਟੈਂਟ ਪੁਆਇੰਟ ਅਜਿਆ ਬੰਗਾ ਇਸ ਦੇ ਹੈਡ ਜਦੋਂ ਬਣੇ ਸੀ ਪੰਜਾਬ ਦੇ ਪੇਪਰਾਂ ਵਿੱਚ ਪੁਆਇਸ਼ਨ ਵੀ ਬਣਿਆ ਸੀ ਪੀਟਰ ਪਲਸ ਵੀ ਦੇ ਵਿੱਚ ਤਾਂ ਇਹਨੂੰ ਤੁਸੀਂ ਧਿਆਨ ਰੱਖਣਾ ਹੈ ਹੈੱਡਕੁਆਟਰ ਵਾਸ਼ਿੰਗਟਨ ਡੀਸੀ ਦੇ ਵਿੱਚ ਕਦੋਂ ਬਣਾਇਆ ਗਿਆ ਜੀ ਜੁਲਾਈ 1944 ਦੇ ਵਿੱਚ ਬਣਿਆ ਸੀ ਠੀਕ ਹੈ ਤੇ ਇਸ ਦੇ ਵਿੱਚ ਜਿਹੜੇ ਕੰਟਰੀ ਮੈਂਬਰ ਨੇ 189 ਮੈਂਬਰ ਠੀਕ ਹੈ 189 189 ਮੈਂਬਰ ਜਿਹੜੇ ਹੈ ਉਹ ਵਰਲਡ ਬੈਂਕ ਦੇ ਵਿੱਚ ਸ਼ਾਮਲ ਹੈ ਇਹ ਪੁਆਇੰਟ ਤੁਸੀਂ ਧਿਆਨ ਰੱਖਣਾ ਹੈ ਠੀਕ ਹੈ ਓਕੇ ਜੀ ਤਾਂ ਦੋਸਤੋ ਇਹ ਸੀ ਅੱਜ ਦੇ ਕਲਾਸ ਤੇ ਇੱਕ ਕਲਾਸ ਮੈਂ ਥੋੜੀ ਥੋੜੀ ਰੱਖੀ ਹੈ ਕਿਉਂਕਿ ਸਾਰਾ ਡਾਟਾ ਯਾਦ ਕਰਨ ਵਾਲਾ ਇਸ ਦੇ ਵਿੱਚ ਜਿਆਦਾ ਕੁਝ ਸਮਝਾਣ ਵਾਲੀ ਗੱਲ ਤਾਂ ਹੈ ਨਹੀਂ ਸੀ ਸੋ ਇਹ ਡਾਟਾ ਤੁਸੀਂ ਯਾਦ ਰੱਖਣਾ ਹੋਵੇਗਾ ਕਿਉਂਕਿ ਇੱਥੋਂ ਪਿੰਨ ਪੁਆਇੰਟ ਕੁਐਸਚਨ ਬਣਦੇ ਆ ਜਾਂ ਤਾਂ ਸਿੱਧਾ ਇਹਨਾਂ ਦੀ ਜਿਹੜੀ ਸਥਾਪਨਾ ਹੋਈ ਉਹ ਈਅਰ ਪੁੱਛ ਲਿਆ ਜਾਂਦਾ ਹੈ ਜਾਂ ਇਹਨਾਂ ਦੇ ਹੈੱਡਕੁਆਰਟਰ ਪੁੱਛ ਲਏ ਜਾਂਦੇ ਆ ਕਈ ਜਿਹੜੇ ਲੇਟੈਸਟ ਚਰਚਾ ਦੇ ਵਿੱਚ ਚੱਲਦੇ ਹੁੰਦੇ ਆ ਉਹਨਾਂ ਦੇ ਹੈੱਡ ਵਗੈਰਾ ਵੀ ਪੁੱਛ ਲਏ ਜਾਂਦੇ ਆ ਠੀਕ ਹੈ ਜਿਵੇਂ ਕਿ ਪ੍ਰੈਜ਼ੀਡੈਂਟ ਵਗੈਰਾ ਹੋਗੇ ਤਾਂ ਬਸ ਇਹ ਪੁਆਇੰਟ ਤੁਸੀਂ ਨੋਟ ਡਾਊਨ ਕਰ ਲੈਣੇ ਆ ਰੱਟਾ ਮਾਰੋ ਭਾਵੇਂ ਟਰਿਕ ਬਣਾਓ ਕਿਸੇ ਵੀ ਤਰੀਕੇ ਨਾਲ ਇਹ ਚੀਜ਼ਾਂ ਤੁਸੀਂ ਯਾਦ ਕਰ ਲਿਓ ਨੰਬਰ ਹੋ ਜਾਣਗੇ ਜੀ ਤੁਹਾਡੇ ਮੰਨ ਲਓ ਇੱਕ ਨੰਬਰ ਪੱਕਾ ਹੁੰਦਾ ਠੀਕ ਹੈ ਇੱਕ ਕਰੰਟ ਦੇ ਬੇਸ ਤੇ ਬਣ ਸਕਦਾ ਹੈ ਤਾਂ ਇਸ ਤਰੀਕੇ ਨਾਲ ਤੁਸੀਂ ਇੱਥੋਂ ਆਪਦਾ ਨੰਬਰ ਸਿਕਿਉਰ ਕਰ ਸਕਦੇ ਹੋ ਤੇ ਬਾਕੀ ਜਿਹੜੇ ਸੰਖਰ ਰਹਿ ਗਿਆ ਆਪਾਂ ਕੱਲ ਦੀ ਕਲਾਸ ਦੇ ਵਿੱਚ ਕਵਰ ਕਰਾਂਗੇ ਤੇ ਅੱਜ ਦੇ ਕਲਾਸ ਨੂੰ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਤੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਸਬਸਕ੍ਰਾਈਬ ਕਰ ਲਿਓ ਆਪਾਂ ਮਿਲਦੇ ਆਂ ਨੈਕਸਟ ਵੀਡੀਓ